ਇੱਕ ਅਣਪਛਾਤੇ ਵਿਅਕਤੀ ਵੱਲੋਂ ਪੱਕੀ ਕਣਕ ਵਿੱਚ ਸਿਰਗਟ ਸੁੱਟਣ ਤੇ ਤਕਰੀਬਨ 22 ਏਕੜ ਕਣਕ ਦੇ ਸੜ ਕੇ ਸਵਾਹ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਡਾਂਗੋ ਦੇ ਵਸਨੀਕ ਗੁਰਪ੍ਰੀਤ ਸਿੰਘ ਦੇ ਖੇਤ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਸਿਰਗਟ ਸੁੱਟ ਦਿੱਤੀ, ਜਿਸ ਵਿੱਚ ਕਿਸਾਨ ਦੀ 10 ਏਕੜ ਦੇ ਕਰੀਬ ਅਤੇ ਚਰਨਜੀਤ ਸਿੰਘ ਅਤੇ ਸ਼ਿੰਗਾਰਾ ਸਿੰਘ ਦੀ ਵੀ 10 ਏਕੜ ਦੇ ਕਰੀਬ ਕਣਕ ਸੜ ਕੇ ਸਵਾਹ ਹੋ ਗਈ। ਕਿਸਾਨਾਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਤੁਰੰਤ ਦੇ ਦਿੱਤੀ ਗਈ ਸੀ, ਪਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਦੇਰੀ ਦੇ ਨਾਲ ਪਹੁੰਚੀ, ਜਿਸ ਕਾਰਨ ਕਿਸਾਨਾਂ ਦੀ ਫਸਲ ਦਾ ਵੱਧ ਨੁਕਸਾਨ ਹੋਇਆ। ਇਸ ਮੌਕੇ ਤੇ ਥਾਣਾ ਸੁਧਾਰ ਤੋਂ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਕੋਈ ਰਾਹਗੀਰ ਸਿਗਟ ਕਿੰਦਾ ਸਿੱਟ ਗਿਆ ਸੀਗਾ, ਜਿਸ ਤੋਂ ਇਹ ਨੁਕਸਾਨ ਹੋਇਆ। ਕਿਸਾਨ ਦਾ 10 ਕਿੱਲੇ ਹੈਗੇ ਟਾਂਗੂ ਪਿੰਡ ਦਾ ਲੱਖੀ ਅਤੇ 7 ਕਿੱਲੇ ਕਿਸੇ ਨੰਬਰਦਾਰ ਦੇ ਦੱਸੇ ਜਾ ਰਹੇ ਆ, ਜਿਸ 20-21 ਕਿੱਲਿਆਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਹੈਗਾ। ਮੌਕੇ 'ਤੇ ਪਹੁੰਚ ਕੇ ਅਸੀਂ ਪਤਾ ਕਰ ਰਹੇ ਹਾਂ ਅਗਲੀ ਕਾਰਵਾਈ ਅਮਲ 'ਚ ਲਿਆ।